ਇਹ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦੀ ਹਾਂ ਜਿਹੜੇ ਹਰ ਵਾਰੀ ਮੇਰੇ ਹਸਬੈਂਡ ਦੀ ਕਰੋਨਾ ਵਾਲੀ ਜਿਹੜੀ ਰੇਹੜੀ 'ਚ ਲੱਤ ਮਾਰਦਿਆਂ ਦੀ ਫੋਟੋ ਨੂੰ ਲਾ ਕੇ ਨਾ ਬੜੇ ਗੰਦੇ ਤੋਂ ਗੰਦੇ ਜਿਹੜੇ ਕਮੈਂਟਸ ਪਾਸ ਕਰਦੇ ਨੇ, ਮੈਂ ਉਹਨਾਂ ਦਾ ਜਵਾਬ ਇਹ ਦਿੰਦੀ ਹਾਂ ਕਿ ਉਸ ਕਰੋਨਾ ਦੇ ਵਿੱਚ ਉਸ ਟਾਈਮ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਨੇ ਇਹ ਅਵਾਰਡ ਮੇਰੇ ਹਸਬੈਂਡ ਨੂੰ ਦਿੱਤਾ ਹੋਇਆ ਸੀਗਾ, ਕਿਉਂਕਿ ਉਸ ਟਾਈਮ ਦੇ ਵਿੱਚ ਇਹਨਾਂ ਨੂੰ ਦੋ ਵਾਰੀ ਕਰੋਨਾ ਹੋ ਗਿਆ ਸੀ ਔਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਦੀ ਜਾਨ ਬਚੀ ਸੀ, ਜਿਹੜੇ ਕਹਿੰਦੇ ਨੇ ਕਿ ਇਹਨਾਂ ਨੇ ਕਿਸੇ ਗਰੀਬ ਦੇ ਰੋਜ਼ੀ ਰੋਟੀ ਨੂੰ ਲੱਤ ਮਾਰੀ ਸੀ। ਦੂਸਰਾ ਮੈਂ ਇਹ ਕਹੂੰਗੀ ਕਿ ਉਸ ਟਾਈਮ ਦੀ ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਨੇ ਵੀ ਮੇਰੇ ਹਸਬੈਂਡ ਨੂੰ CM ਮੈਡਲ ਦੇ ਨਾਲ, ਦੋ ਵਾਰੀ CM ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਸੀ। ਜਿਹੜੇ ਲੋਕ ਕਹਿੰਦੇ ਨੇ ਕਿ ਇਹ ਜਿਹੜਾ ਹੈਗਾ ਆ ਕ੍ਰਿਮੀਨਲ ਪੁਲਿਸ ਅਫੀਸਰ ਆ, ਔਰ ਜਿਹੜੀ ਮੌਜੂਦਾ ਸਰਕਾਰ ਹੈਗੀ ਆ 15 ਅਗਸਤ 2023 ਨੂੰ ਮੇਰੇ ਹਸਬੈਂਡ ਨੂੰ ਇਹ ਇੱਕ ਬੈਸਟ ਅਫੀਸਰ ਹੋਣ ਦਾ ਅਵਾਰਡ ਮਿਲਿਆ ਗਿਆ ਸੀ ਕਿ ਮਹਿਕਮੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦਾ ਹੈ, ਅਤੇ ਅੱਜ 20 ਦਿਨ ਬਾਅਦ ਮੇਰਾ ਹਸਬੈਂਡ ਇੱਕ ਕਾਤਲ ਹੋ ਗਿਆ। ਮੈਂ ਲੋਕਾਂ ਕੋਲੋਂ ਮੰਗ ਕਰਦੀ ਹਾਂ ਕਿ ਇਹ ਸਾਰਾ ਕੁਛ ਠੀਕ ਹੈ, ਕਿ ਜਿਹੜਾ ਅੱਜ ਦੋਸ਼ ਮੇਰੇ ਹਸਬੈਂਡ ਦੇ ਉੱਤੇ ਲਗਾਏ ਜਾ ਰਹੇ ਨੇ ਉਹ ਠੀਕ ਨੇ, ਮੇਰਾ ਸਾਥ ਦਿਓ ਅਤੇ ਨਾਲੇ ਢਿੱਲੋਂ ਬ੍ਰਦਰਸ ਨੂੰ ਉਹਨਾਂ ਦਾ ਸਾਥ ਦਿਓ ਤਾਂ ਕਿ ਆਪਾਂ ਅਸਲੀ ਕਾਤਲ ਤੱਕ ਪਹੁੰਚ ਸਕੀਏ, ਔਰ ਲੋਕਾਂ ਨੂੰ ਜਿਹੜੇ ਲੋਕ ਗਮਰਾਹ ਕਰ ਰਹੇ ਨੇ ਵਿੱਚ ਪੈ ਕੇ, ਕੁਛ ਪੋਲੀਟੀਸ਼ੀਅਨ ਗਮਰਾਹ ਕਰ ਰਹੇ ਨੇ, ਉਹਨਾਂ ਤੋਂ ਆਪਾਂ ਨੂੰ ਰਾਹਤ ਮਿਲੀ, ਆਪਾਂ ਆਪਣੇ ਫੈਸਲੇ ਲੈਣੇ ਖੁਦ ਸਿੱਖੀਏ। ਇਹ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦੀ ਹਾਂ ਜਿਹੜੇ ਹਰ ਵਾਰੀ ਮੇਰੇ ਹਸਬੈਂਡ ਦੀ ਕਰੋਨਾ ਵਾਲੀ ਜਿਹੜੀ ਰੇਹੜੀ 'ਚ ਲੱਤ ਮਾਰਦਿਆਂ ਦੀ ਫੋਟੋ ਨੂੰ ਲਾ ਕੇ ਨਾ ਬੜੇ ਗੰਦੇ ਤੋਂ ਗੰਦੇ ਜਿਹੜੇ ਕਮੈਂਟਸ ਪਾਸ ਕਰਦੇ ਨੇ, ਮੈਂ ਉਹਨਾਂ ਦਾ ਜਵਾਬ ਇਹ ਦਿੰਦੀ ਹਾਂ ਕਿ ਉਸ ਕਰੋਨਾ ਦੇ ਵਿੱਚ ਉਸ ਟਾਈਮ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਨੇ ਇਹ ਅਵਾਰਡ ਮੇਰੇ ਹਸਬੈਂਡ ਨੂੰ ਦਿੱਤਾ ਹੋਇਆ ਸੀਗਾ, ਕਿਉਂਕਿ ਉਸ ਟਾਈਮ ਦੇ ਵਿੱਚ ਇਹਨਾਂ ਨੂੰ ਦੋ ਵਾਰੀ ਕਰੋਨਾ ਹੋ ਗਿਆ ਸੀ ਔਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਦੀ ਜਾਨ ਬਚੀ ਸੀ, ਜਿਹੜੇ ਕਹਿੰਦੇ ਨੇ ਕਿ ਇਹਨਾਂ ਨੇ ਕਿਸੇ ਗਰੀਬ ਦੇ ਰੋਜ਼ੀ ਰੋਟੀ ਨੂੰ ਲੱਤ ਮਾਰੀ ਸੀ। ਦੂਸਰਾ ਮੈਂ ਇਹ ਕਹੂੰਗੀ ਕਿ ਉਸ ਟਾਈਮ ਦੀ ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਨੇ ਵੀ ਮੇਰੇ ਹਸਬੈਂਡ ਨੂੰ CM ਮੈਡਲ ਦੇ ਨਾਲ, ਦੋ ਵਾਰੀ CM ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਸੀ। ਜਿਹੜੇ ਲੋਕ ਕਹਿੰਦੇ ਨੇ ਕਿ ਇਹ ਜਿਹੜਾ ਹੈਗਾ ਆ ਕ੍ਰਿਮੀਨਲ ਪੁਲਿਸ ਅਫੀਸਰ ਆ, ਔਰ ਜਿਹੜੀ ਮੌਜੂਦਾ ਸਰਕਾਰ ਹੈਗੀ ਆ 15 ਅਗਸਤ 2023 ਨੂੰ ਮੇਰੇ ਹਸਬੈਂਡ ਨੂੰ ਇਹ ਇੱਕ ਬੈਸਟ ਅਫੀਸਰ ਹੋਣ ਦਾ ਅਵਾਰਡ ਮਿਲਿਆ ਗਿਆ ਸੀ ਕਿ ਮਹਿਕਮੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦਾ ਹੈ, ਅਤੇ ਅੱਜ 20 ਦਿਨ ਬਾਅਦ ਮੇਰਾ ਹਸਬੈਂਡ ਇੱਕ ਕਾਤਲ ਹੋ ਗਿਆ। ਮੈਂ ਲੋਕਾਂ ਕੋਲੋਂ ਮੰਗ ਕਰਦੀ ਹਾਂ ਕਿ ਇਹ ਸਾਰਾ ਕੁਛ ਠੀਕ ਹੈ, ਕਿ ਜਿਹੜਾ ਅੱਜ ਦੋਸ਼ ਮੇਰੇ ਹਸਬੈਂਡ ਦੇ ਉੱਤੇ ਲਗਾਏ ਜਾ ਰਹੇ ਨੇ ਉਹ ਠੀਕ ਨੇ, ਮੇਰਾ ਸਾਥ ਦਿਓ ਅਤੇ ਨਾਲੇ ਢਿੱਲੋਂ ਬ੍ਰਦਰਸ ਨੂੰ ਉਹਨਾਂ ਦਾ ਸਾਥ ਦਿਓ ਤਾਂ ਕਿ ਆਪਾਂ ਅਸਲੀ ਕਾਤਲ ਤੱਕ ਪਹੁੰਚ ਸਕੀਏ, ਔਰ ਲੋਕਾਂ ਨੂੰ ਜਿਹੜੇ ਲੋਕ ਗਮਰਾਹ ਕਰ ਰਹੇ ਨੇ ਵਿੱਚ ਪੈ ਕੇ, ਕੁਛ ਪੋਲੀਟੀਸ਼ੀਅਨ ਗਮਰਾਹ ਕਰ ਰਹੇ ਨੇ, ਉਹਨਾਂ ਤੋਂ ਆਪਾਂ ਨੂੰ ਰਾਹਤ ਮਿਲੀ, ਆਪਾਂ ਆਪਣੇ ਫੈਸਲੇ ਲੈਣੇ ਖੁਦ ਸਿੱਖੀਏ।